ਨਮਸਕਾਰ ਖਬਰਾਂ ਦੇ ਇਸ ਬਲਟਿਨ ਵਿੱਚ ਤੁਹਾਡਾ ਸਵਾਗਤ ਹੈ ਮਹਿਰਮਾ ਸ਼ੰਕਰ ਪੇਸ਼ ਨਹੀਂ ਹੁਣ ਤੱਕ ਦੀਆਂ ਖਬਰਾਂ ਸੰਸਦ ਦੇ ਦੋਹਾਂ ਸਦਨਾਂ ਵਿੱਚ ਅੱਜ ਲਗਾਤਾਰ 11ਵੇਂ ਦਿਨ ਵੀ ਅੜੀਖਾ ਜਾਰੀ ਰਿਹਾ ਅਡਾਨੀ ਮੁੱਦੇ ਦੀ ਜਾਂਚ ਸੰਜੀ ਸੰਸਦੀ ਕਮੇਟੀ ਤੋਂ ਕਰਵਾਉਣ ਰਾਹੁਲ ਗਾਂਧੀ ਨੂੰ ਲੋਕ ਸਭਾ ਮੈਂਬਰੀ ਲਈ ਐਯੋਗਠਾ ਰਹਾਉਣ ਅਤੇ ਲੋਕਤੰਤਰ ਤੇ ਉਹਨਾਂ ਦੀ ਟਿੱਪਣੀ ਤੇ ਮੁੱਦਿਆਂ ਤੇ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਵਿੱਚ ਅੜਚਨ ਪਈ ਹੰਗਾਮੇ ਕਾਰਨ ਦੋਹਾਂ ਸਦਨਾਂ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ ਪਹਿਲੇ ਮੁਲਤਵੀ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ 2 ਵਜੇ ਫਿਰ ਸ਼ੁਰੂ ਹੋਣ ਤੇ ਕਾਂਗਰਸ डीएमके जनता दल यूनाइटेड ਅਤੇ ਹੋਰ ਵਿਰੋਧੀ ਮੈਂਬਰਾਂ ਸੰਸਦਿਕ ਕਮੇਟੀ ਤੋਂ ਜਾਂਚ ਦੀ ਮੰਗ ਕਰਦਿਆਂ ਸਦਨ ਦੇ ਵਿਚਾਰ ਆ ਗਏ ਸ਼ੋਰ ਸ਼ਰਾਬੇ ਕਾਰਨ ਸਭਾਪਤੀ ਨੇ ਸਦਨ ਦੀ ਕਾਰਵਾਈ ਦਿਨ ਪਰ ਲਈ ਮੁਲਤਵੀ ਕਰ ਦਿੱਤੀ ਰਾਜ ਸਭਾ ਵਿੱਚ ਵੀ ਇਹੀ ਨਜ਼ਾਰਾ ਦੇਖਣ ਨੂੰ ਮਿਲਿਆ ਸਭਾਪਤੀ ਜਗਦੀਪ ਤੰਕਰ ਨੇ ਐਲਾਨ ਕੀਤਾ ਕਿ 31 ਮਾਰਚ ਨੂੰ ਸਦਨ ਦੀ ਬੈਠਕ ਨਹੀਂ ਹੋਵੇਗੀ ਸ਼ੋਰ ਸ਼ਰਾਬੇ ਵਿਚਕਾਰ ਉਹਨਾਂ ਨੇ ਸਦਨ ਦੀ ਕਾਰਵਾਈ ਦਿਨ ਪਰ ਲਈ ਮੁਲਤਵੀ ਕਰ ਦਿੱਤੀ ਇਸ ਤੋਂ ਪਹਿਲਾਂ ਸਦਨ ਨੇ ਮੈਲਾ ਮੁਕੇ ਬਾਦ ਨਿਖਤ ਜ਼ਰੀਨ ਲਵਲੀਨਾ ਬੋਰਗੋਹੇਨ ਨੀਤੂ ਕਾਂਗਸ ਅਤੇ ਸੁਵਿਤੀ ਬੂਰਾ ਨੂੰ ਮੈਲਾ ਵਿਸ਼ਵ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਸੌਣ ਤਮਗਾ ਜਿੱਤਣ ਤੇ ਵਧਾਈ ਦਿੱਤੀ। ਸੰਸਦ ਭਵਨ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਦੇ ਸੰਸਦੀ ਦਲ ਦੀ ਬੈਠਕ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਮੁਖੀ ਜੇਪੀ ਨੱਡਾ, ਕੇਂਦਰੀ ਮੰਤਰੀ ਪ੍ਰਲਾਦ ਜੋਸ਼ੀ ਸਮੇਤ ਹੋਰ ਉੱਚ ਨੇਤਾ ਇਸ ਬੈਠਕ ਵਿੱਚ ਹਾਜ਼ਰ ਰੇ। ਬੈਠਮਗਰੋਂ ਸੀਨੀਅਰ ਨੇਤਾ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ 6 ਅਪ੍ਰੈਲ ਤੋਂ 14 ਅਪ੍ਰੈਲ ਤੱਕ ਸਮਾਜਿਕ ਨਾਅ ਹਫਤੇ ਦੇ ਰੂਪ ਵਿੱਚ ਮਨਾਏਗੀ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ 15 ਮਈ ਤੋਂ 15 ਜੂਨ ਤੱਕ ਇੱਕ ਮਹੀਨੇ ਤੱਕ ਭਾਜਪਾ ਸਰਕਾਰ ਦੇ 9 ਸਾਲ ਪੂਰੇ ਹੋਣ ਤੇ ਭਾਜਪਾ ਵਿਸ਼ੇਸ਼ ਅਭਿਆਨ ਚਲਾਏਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੈਠਕ ਨੂੰ ਸੰਬੋਧਿਤ ਵੀ ਕੀਤਾ। ਸੀਨੀਅਰ ਭਾਜਪਾ ਨੇਤਾ ਪ੍ਰਲاد ਜੋਸ਼ੀ ਨੇ ਬੈਠਕ ਮਗਰੋਂ ਕਿਹਾ ਕਿ ਪਹਿਲੇ ਗੁਜਰਾਤ ਅਤੇ ਹੁਣ ਉੱਤਰ ਪੂਰਬਾਂਗ ਭਾਜਪਾ ਦੇ ਜਿੱਤ ਦੇ ਅਭਿਆਨ ਨੂੰ ਹੋਰ ਅੱਗੇ ਵਧਾਇਆ ਜਾਵੇਗਾ। ਕੇਂਦਰੀ ਗ੍ਰਹਿ ਮੰਤਰੀ ਅਮਿਸ਼ਾ ਨੇ ਕਿਹਾ ਹੈ ਕਿ ਭਾਰਤ ਦੁਨੀਆ ਦੀ ਸਭ ਤੋਂ ਤੇਜ਼ ਰਫ਼ਤਾਰ ਨਾਲ ਵਧ ਰਹੀ ਅਰਥਵਿਵਸਥਾ ਵਾਲਾ ਦੇਸ਼ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਖ-ਵੱਖ ਰਾਜਨੀਤਿਕ ਵਿਚਾਰਧਾਰਾਾਂ ਦੇ باوجود ਸਾਰਿਆਂ ਨੂੰ ਇਕਜੁੱਟ ਕਰਨ ਵਿੱਚ ਸਫਲ ਹੋਏ ਨੇ। ਨਵੀਂ ਦਿੱਲੀ ਵਿੱਚ ਭਾਰਤ ਐਟ ਦਾ ਰੇਟ 100 ਸਮਾਵੇਸ਼ੀ ਅਤੇ ਟਿਕਾਊ ਵਿਕਾਸ ਦਾ ਮਾਰਕ ਮਜ਼ਬੂਤ ਕਰਨ ਦੇ ਵਿਸ਼ੇ ਤੇ ਪ੍ਰੋਗਰਾਮ ਵਿੱਚ ਅਮਿਸ਼ਾ ਨੇ ਕਿਹਾ ਕਿ ਭਾਰਤ ਤਾਂ ਹੀ ਵਿਕਸਿਤ ਦੇਸ਼ ਬਣੇਗਾ ਜਦੋਂ ਦੇਸ਼ ਦੇ ਹਰੇਕ ਕੋਨੇ ਤੱਕ ਵਿਕਾਸ ਦਾ ਲਾਭ ਪਹੁੰਚੇਗਾ। ਉਹਨਾਂ ਨੇ ਕਿਹਾ ਕਿ 2011 ਵਿੱਚ ਭਾਰਤ 11ਵੀਂ ਸਭ ਤੋਂ ਵੱਡੀ ਅਰਥਵਿਵਸਥਾ ਸੀ। ਪਰ ਪਿਛਲੇ 8 ਸਾਲਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਲਾਗੂ ਕਰਨ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਦੀਆਂ ਮਜ਼ਬੂਤ ਨੀਤੀਆਂ ਕਾਰਨ ਭਾਰਤ 2025 ਤੱਕ 5 ਟ੍ਰਿਲੀਅਨ ਡਾਲਰ ਦਾ ਟੀਚਾ ਹਾਸਲ ਕਰ ਲਵੇਗਾ। ਹੁਣਾ ਕਿਹਾ ਕਿ 2014 ਵਿੱਚ ਆਲਮੀ ਅਰਥਵਿਵਸਥਾ 'ਚ ਭਾਰਤ ਦਾ ਯੋਗਦਾਨ 2.6% ਦੀ ਸੀ, ਜੋ ਮਾਰਚ 2023 ਤੱਕ ਵੱਧ ਕੇ 3.4% ਦੀ ਹੋ ਗਿਆ ਹੈ, ਜੋ ਕਿ ਸਰਕਾਰ ਦੀ ਮਹੱਤਵਪੂਰਨ ਪ੍ਰਾਪਤੀ ਹੈ। ਜੁਆ ਤੇ ਖੇਡ ਮਾਮਲਿਆਂ ਬਾਰੇ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਹੈ ਕਿ ਦੇਸ਼ ਭਰ ਵਿੱਚ ਭਾਰਤੀ ਖੇਡ ਅਥਾਰਟੀ ਸਾਈ ਦੇ ਕੁੱਲ 199 ਸਿਖਲਾਈ ਕੇਂਦਰ ਕੰਮ ਕਰ ਰਹੇ ਨੇ। ਲੋਕ ਸਭਾ ਵਿੱਚ ਅੱਜ ਲਿਖਤੀ ਜਵਾਬ ਵਿੱਚ ਕੇਂਦਰੀ ਮੰਤਰੀ ਨੇ ਦੱਸਿਆ ਕਿ ਹੁਨਰਮੰਦ ਖਿਡਾਰੀਆਂ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੱਕ ਵਧੀਆ ਪ੍ਰਦਰਸ਼ਨ ਲਈ ਤਿਆਰ ਕਰਨ ਵਾਸਤੇ ਦੇਸ਼ ਭਰ ਵਿੱਚ ਸਾਈ ਖੇਡ ਪ੍ਰੋਸਾਹਨ ਯੋਜਨਾਵਾਂ ਨੂੰ ਲਾਗੂ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਸਾਈ ਦੀਆਂ ਸਾਰੀਆਂ ਪ੍ਰੋਸਾਹਨ ਯੋਜਨਾਵਾਂ ਦੇ ਖਿਡਾਰੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕਰ ਰਹੇ ਨੇ। ਕਰਮਚਾਰੀ ਭੋਖਨੇ ਦੀ ਸੰਗਠਨ ਯਾਨੀ ਈਪੀਐਫ ਉਹਨੇ ਕਰਮਚਾਰੀ ਭੋਖਨੇ ਦੀ ਈਪੀਐਫ ਤੇ ਵਿਆਜ ਦਰ ਵਧਾ ਦਿੱਤੀ ਹੈ ਮਾਲੀਵਰਾ 2022-23 ਲਈ ਈਪੀਐਫ ਤੇ 8.15 ਫੀਸਦੀ ਵਿਆਜ ਦਰ ਤੈਅ ਕੀਤੀ ਗਈ ਹੈ ਪਿਛਲੇ ਮਾਲੀਵਰੇ ਵਿੱਚ ਇਹ ਦਰ 8.10 ਫੀਸਦੀ ਸੀ ਈਪੀਐਫ ਦੀ 233ਵੀਂ ਬੈਠਕ ਅੱਜ ਦਿੱਲੀ ਵਿੱਚ ਕੇਂਦਰੀ ਕਿਰਤ ਤੇ ਰੋਜ਼ਗਾਰ ਮੰਤਰੀ ਭੁਪਿੰਦਰ ਯਾਦਵ ਦੀ ਪ੍ਰਧਾਨਗੀ ਹੇਠ ਹੋਈ ਕੇਂਦਰੀ ਬੋਰਡ ਨੇ ਮਾਲਿਵਾਰਾ 2022 ਤੇ ਲਈ ਮੈਂਬਰਾਂ ਦੇ ਖਾਤੇ ਵਿੱਚ ਇਹ ਦਰ ਵਧਾਉਣ ਦੀ ਸਿਫਾਰਿਸ਼ ਕੀਤੀ ਖਜ਼ਾਨਾ ਮੰਤਰਾਲਾ ਦੀ ਮਨਜ਼ੂਰੀ ਤੋਂ ਬਾਅਦ ਵਿਆਜ ਦਰ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਜਿਸ ਤੋਂ ਬਾਅਦ EPFO ਆਪਣੇ ਗਾਹਕਾਂ ਦੇ ਖਾਤਿਆਂ ਵਿੱਚ ਵਿਆਜ ਦਰ ਜਮਾ ਕਰੇਗਾ ਟੈਕਸ ਅਦਾਕਾਰਾਂ ਨੂੰ ਵਧੇਰੇ ਸਮਾਂ ਮੁਹੱਈਆ ਕਰਵਾਉਣ ਲਈ ਪੈਨ ਕਾਰਡ ਨੂੰ ਆਧਾਰ ਨਾਲ ਜੋੜਨ ਦੀ ਆਖਰੀ ਤਾਰੀਖ ਸਰਕਾਰ ਵੱਲੋਂ 30 ਜੂਨ 2023 ਤੱਕ ਵਧਾ ਦਿੱਤੀ ਗਈ ਹੈ ਇਹ ਜਾਣਕਾਰੀ ਕੇਂਦਰੀ ਪ੍ਰਤੱਖ ਟੈਕਸ ਬੋਰਡ ਵੱਲੋਂ ਦਿੱਤੀ ਗਈ ਪਹਿਲਾ ਆਧਾਰ ਨੂੰ ਪੈਨ ਨਾਲ ਲਿੰਕ ਕਰਨ ਦੀ ਆਖਰੀ ਤਾਰੀਖ 31 ਮਾਰਚ ਸੀ ਪਾਰਦੇ ਅਪੀਲ ਤੇ ਨੇਪਾਲ ਸਰਕਾਰ ਨੇ ਕੱਟੜਪੰਥੀਆਂ ਤੇ ਭਗੌੜਾ ਐਲਾਨੇ ਗਏ ਵਖਵਾਦੀ ਅਮਰਿਤਪਾਲ ਸਿੰਘ ਨੂੰ ਆਪਣੇ ਤੇਜ਼ ਦੀ ਨਿਗਰਾਨੀ ਸੂਚੀ ਵਿੱਚ ਪਾ ਦਿੱਤਾ ਹੈ। ਭਾਰਤ ਨੇ ਨੇਪਾਲ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਹ ਅਮਰਿਤਪਾਲ ਸਿੰਘ ਨੂੰ ਕਿਸੇ ਤੀਜੇ ਦੇਸ਼ ਵਿੱਚ ਨਾ ਭਜੰਦੇ ਅਤੇ ਜੇਕਰ ਉਹ ਕਿਸੇ ਨਕਲੀ ਪਾਸਪੋਰਟ ਤੇ ਸਹਾਰੇ ਭਜਣ ਦਾ ਯਤਨ ਕਰਦਾ ਹੈ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇ। ਨੇਪਾਲ ਦੀ ਇਮੀਗ੍ਰੇਸ਼ਨ ਵਿਭਾਗ ਦੇ ਸੂਚਨਾ ਅਧਿਕਾਰੀ ਕਮਲ ਪ੍ਰਸਾਦ ਪਾਂਡੇ ਨੇ ਇਸ ਦੀ ਪੁਸ਼ਟੀ ਕੀਤੀ। ਨੇਪਾਲੀ ਅਧਿਕਾਰੀਆਂ ਅਨੁਸਾਰ ਭਾਰਤੀ ਏਜੰਸੀਆਂ ਨੇ ਅਮਰਿਤਪਾਲ ਦੇ ਨੇਪਾਲ ਵਿੱਚ ਛੁਪੇ ਹੋਣ ਦਾ ਸ਼ੱਕ ਪ੍ਰਗਟ ਕੀਤਾ ਹੈ। ਪਾਂਡੇ ਨੇ ਦੱਸਿਆ ਕਿ ਇਸ ਸਬੰਧ ਵਿੱਚ ਭਾਰਤੀ ਦੂਤਕਾਰ ਤੋਂ ਇੱਕ ਲਿਖਤੀ ਨੋਟ ਅਤੇ ਅਮਰਿਤਪਾਲ ਦੇ ਪਾਸਪੋਰਟ ਦੀ ਕਾਪੀ ਭੇਜੀ ਗਈ ਹੈ ਭਾਰਤੀ ਅਪੀਲ ਨੂੰ ਦੇਖਦਿਆਂ ਨੇਪਾਲ ਦੇ ਹਵਾਈ ਅੱਡਿਆਂ ਤੇ ਹੋ ਨਿਕਾਸੀ ਰੂਟਾਂ ਨੂੰ ਸचेत ਕਰ ਦਿੱਤਾ ਗਿਆ ਹੈ ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕਾਂ ਰਹੇ ਨੇ ਡੀਡੀਕੇ ਜਲੰਧਰ ਦੇ YouTube ਚੈਨਲ Facebook ਪੇਜ ਅਤੇ Twitter ਹੈਂਡਲ ਤੇ ਦੇ ਸਕਦੇ ਨੇ ਤੇ ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ ਇਜਾਜ਼ਤ ਦਿਓ ਨਮਸਕਾਰ